ਭਾਈ ਜਿਹਦੀ ਪੈਰ ਪਈ ਜਿਹੜਾ ਬੰਦਾ ਕਰੂਗਾ ਅਗਲਾ ਉਹਦੀ ਗੱਲ ਤਾਂ ਕਰੂਗਾ ਹੀ। ਹੁਣ ਜਦ ਪੈਰ ਪਈ ਆਪਾਂ ਕਰਨੀ ਹੈ ਨਹੀਂ, ਲੱਤਾਂ ਨੇ ਭਾਰ ਝੱਲਣਾ ਹੈ ਨਹੀਂ, ਤੇ ਚਾਹੁੰਦੇ ਆ ਵੀ ਰੁਪਈਆ ਖਰਚਣਾ ਹੈ ਨਹੀਂ, ਸਿਸਟਮ ਸਾਡੇ ਹਿਸਾਬ ਨਾਲ ਚੱਲੇ, ਇੱਦਾਂ ਨਹੀਂ ਚੱਲਦਾ ਹੁੰਦਾ। ਇਹ ਸਿਸਟਮ ਕਿਉਂ ਚੱਲਦਾ? ਤੁਸੀਂ ਕਹਿੰਦੇ ਵੀ ਜੋਤੀਮਾਨ ਕੰਮ ਕਰਾਉਂਦਾ, ਕਿਉਂ ਕਰਾਉਂਦਾ? ਜਦੋਂ ਭਾਈ ਇੰਡੀਆ ਤੋਂ ਕੋਈ ਅਫਸਰ ਆਉਂਦਾ, ਕੋਈ MLA ਆਉਂਦਾ, ਮਿਨਿਸਟਰ ਆਉਂਦਾ, ਉਹਨੂੰ ਭਰਾਈ ਕਮਾਈ ਦਾ, ਫਰਾਈ ਦਾ, ਉਹਨੂੰ ਖਵਾਈ ਦਾ, ਉਹਦੀ ਇੱਜ਼ਤ ਮਾਣ ਕਰੀਦਾ, ਕਿਉਂਕਿ ਪੰਜਾਬੀਆਂ ਦੇ ਖੂਨ 'ਚ ਇਹ ਚੀਜ਼ਾਂ। ਹੁਣ ਜੇ ਮੈਂ ਕਹਾਂ ਪੰਜੀ ਲਾਉਣੀ ਵੀ ਹੈ ਨਹੀਂ, ਬਾਹਰ ਅੰਦਰ ਜਾਣਾ ਵੀ ਹੈ ਨਹੀਂ, ਫਿਰ ਨਹੀਂ ਕੋਈ ਤੁਹਾਡਾ ਕੰਮ ਕਰਦਾ। ਜੇ ਤੁਸੀਂ ਆਪਣਾ ਕੋਈ ਕੰਮ ਕਰਾਉਣਾ ਤਾਂ ਤੁਹਾਨੂੰ ਮਹਿਮਾਨ ਨਵਾਜੀ ਕਰਨੀ ਪੈਣੀ ਆ। ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਪੰਜਾਬ ਗਿਆ ਨੂੰ ਹੱਥਾਂ 'ਚ ਚੱਕਣ ਪੰਜਾਬ ਵਾਲੇ, ਤਾਂ ਇੱਥੇ ਆਏ ਨੂੰ ਤੁਹਾਨੂੰ ਵੀ ਚੱਕਣਾ ਪੈਣਾ। ਉਹ ਕਈ ਵਿਚਾਰੇ ਸਾਡੇ ਦੀ ਸੁਣਵਾਈ ਨਹੀਂ ਹੁੰਦੀ, ਸਾਡੀ ਕੋਈ ਸੁਣਦਾ ਨਹੀਂ, ਵੀ ਜਦੋਂ ਕਿਸੇ ਨਾਲ ਰੱਖੀ ਹੈ ਨਹੀਂ, ਦਸ ਦਸ ਵੀਹ ਵੀਹ ਸਾਲ ਹੋ ਗਏ ਇੰਡੀਆ ਪੈਰ ਨਹੀਂ ਪਾਇਆ, ਸੁਣਵਾਈ ਨਹੀਂ ਹੋਣੀ, ਤੁਹਾਡਾ ਪਤਾ ਹੀ ਹੈ ਨਹੀਂ ਕੌਣ ਹੋ ਤੁਸੀਂ। ਸੋ ਇਹ ਚੀਜ਼ਾਂ ਜੇ ਮੈਂ ਕਹਿੰਦਾ ਤਾਂ ਤੁਸੀਂ ਕਈ ਵਾਰੀ ਗੁੱਸਾ ਕਰ ਜਾਂਦੇ ਹੋ ਵੀ ਯਾਰ ਨਹੀਂ ਇੱਦਾਂ ਕਿੱਦਾਂ 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 ਕਹਿਤਾ। ਸੋ ਜਿੱਥੇ ਵਕੀਲ ਸਾਹਿਬਾਨ ਦਾ ਕੰਮ ਬਣਦਾ ਉਹਨਾਂ ਨੂੰ ਕਰਨਾ ਚਾਹੀਦਾ, ਉਹਨਾਂ ਨੂੰ ਚੈਲੰਜ ਕਰਨਾ ਚਾਹੀਦਾ। ਹੁਣ ਮਨਦੀਪ ਸਿੱਧੂ ਦੀ ਇੱਕ ਚੀਜ਼ ਆ ਜਿੱਥੇ ਤਰੀਫ ਬਣਦੀ ਆ, ਉਹਨੇ ਪਹਿਲੇ ਕਹਿੰਦੇ ਕਹਿੰਦੇ ਵੀ ਭਾਈ ਵੀ ਲੜਨ ਨੂੰ ਮੈਂ ਕੇਸ ਲੜ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਪਰ ਇਹ NSA ਵਾਲੇ ਕੇਸ ਉਹੀ ਵਕੀਲ ਲੜਨ ਜਿਨ੍ਹਾਂ ਨੇ ਇਹ 'ਤੇ ਪਹਿਲਾਂ ਕੰਮ ਕੀਤਾ ਹੋਇਆ, ਕਿਉਂਕਿ ਆਪਾਂ ਮੁੰਡੇ ਬਾਹਰ ਲੈ ਕੇ ਆਉਣੇ ਆ। ਕਈਆਂ ਨੇ ਗੁੱਸਾ ਕੀਤਾ, ਡਰ ਗਿਆ ਸਰਕਾਰ ਤੋਂ ਤਾਂ ਪਿੱਛੇ ਹਟਦਾ ਵਾ, ਆਹ ਕਮੈਂਟ ਪੜ੍ਹ ਕੇ ਤਾਂ ਉਹਨੇ ਵੀ ਲੜੀ ਜਾਣਾ ਕੇਸ ਵਿਚਾਰੇ ਨੇ। ਹੁਣ ਅੱਜ ਦੇਖ ਲਓ ਵੀ ਸਾਲ ਹੋ ਗਿਆ ਦੁਬਾਰਾ NSA ਲੱਗ ਗਈ, ਜਦਕਿ ਇਹ ਲੱਗਣੀ ਚਾਹੀਦੀ ਨਹੀਂ। ਜਦ ਸਰਕਾਰ ਤੋਂ ਕੋਈ ਪਰੂਫ ਰੱਖ ਨਹੀਂ ਹੋਏ ਤਾਂ ਅਮਰਪਾਲ ਸਿੰਘ ਬਾਹਰ ਆਉਣਾ ਚਾਹੀਦਾ, ਸਿਮੀ ਸਿੰਘ ਮਾਨ MP ਬਣੇ ਤਾਂ ਬਾਹਰ ਆ ਗਏ, ਇਹ ਨੌਜਵਾਨ ਬਣੇ MP ਤਾਂ ਇਹ ਕਿਉਂ ਨਹੀਂ ਬਾਹਰ ਆਇਆ? ਉਲਟਾ ਇਹਦੇ ਭਰਾ ਨੂੰ ਫੜ ਕੇ ਅੰਦਰ ਕਰਤਾ। ਹੁਣ ਲੋਕ ਕਿੱਦਾਂ ਯਕੀਨ ਮੰਨ ਲੈਣਗੇ ਵੀ ਭਾਈ ਇਹ ਧੱਕਾ ਨਹੀਂ ਹੈਗਾ? ਸ਼ਰਿਆਮ ਧੱਕਾ, ਇਹ ਪੂਰਾ ਧੱਕਾ। ਜੇ ਮੈਂ ਕਹਾਂ BJP ਨੇ ਧੱਕਾ ਨਹੀਂ ਕੀਤਾ, ਇਹ ਪੰਜਾਬ ਸਰਕਾਰ ਨੇ ਧੱਕਾ ਕੀਤਾ। ਮੈਂ ਤਾਂ ਚਾਹੁੰਦਾ BJP ਨਾਲ ਹੱਥ ਮਿਲਾ ਲੈਣਾ ਅੰਮ੍ਰਿਤਪਾਲ ਅਤੇ ਸਰਬਜੀਤ ਸਿੰਘ, ਤਾਂ ਪੰਜਾਬ ਦੇ ਵਿੱਚ ਕੁਛ ਕਰ ਸਕਦੇ ਆ। ਜੇ ਸੈਂਟਰ ਦੇ ਵਿੱਚ ਇੱਕ ਪਾਸਾ ਚੁਣਨਾ ਪੈਣਾ, ਜਾਂ ਕਾਂਗਰਸ ਜਾਂ BJP, ਕਾਂਗਰਸ ਦੇ ਚੁਣ ਨਹੀਂ ਸਕਦੇ, BJP ਦੇ ਵਿੱਚ ਜਾਣਗੇ। ਸੈਂਟਰ 'ਚ ਇੱਕ ਸਿਰ 'ਤੇ ਹੱਥ ਚਾਹੀਦਾ ਜਿਹਦੇ ਲਈ ਤੁਸੀਂ ਆਪਣੇ ਪੰਜਾਬ ਦੇ ਸਿੱਖਾਂ ਦਾ ਭਲਾ ਕਰ ਸਕਦੇ ਹੋ। ਨਹੀਂ ਬਾਈ ਕੁਛ ਨਹੀਂ ਹੋਣਾ, ਜੋ ਮਰਜ਼ੀ ਕਰੀਓ। ਸੋ ਜੀ 880 ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਵੀਰੇ, ਠੀਕ ਹੈ ਬਾਈ, ਠੀਕ ਹੈ ਜੀ। ਮੈਂ ਤਾਂ ਇਹ ਗੱਲ ਤੇ ਇੰਨੀ ਕੁ ਗੱਲ ਕਹਿਣਾ ਚਾਹੁੰਦਾ, ਮੈਂ ਤਾਂ ਜਿੰਨੀ ਕੁ ਮੇਰੀ ਏਜ ਹੋਈ ਆ, ਜਿੰਨੇ ਕੁ ਮੈਂ ਕੋਈ ਵੀ ਲੀਡਰ ਦੇਖੇ ਆ ਨਾ, ਚਾਹੇ ਆਪਾਂ ਪਰਚੀ ਚਲਾ ਲੈਂਦੇ ਆ ਜਾਂ ਕੋਈ ਵੀ ਲੀਡਰ ਲਾ ਲਓ, ਹਨਾ, ਉਹ ਜਦੋਂ ਤਾਂ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਗੱਲਾਂ ਕੁਛ ਹੋਰ ਹੁੰਦੀਆਂ, ਜਦੋਂ ਜਿੱਤ ਜਾਂਦੇ ਆ ਨਾ, ਫਿਰ ਪਤਾ ਨੀ ਤਾਂ ਕੋਈ ਉਹਨਾਂ ਤੇ ਦਬਾਅ ਬਣ ਜਾਂਦਾ ਏਦਾਂ ਦਾ, ਪਤਾ ਨੀ ਕੀ ਬਣ ਜਾਂਦਾ, ਉਸ ਤੋਂ ਬਾਅਦ ਉਹਨਾਂ ਦੀ ਕੁਛ ਟੋਨ ਹੀ ਡਿਫਰੈਂਟ ਹੋ ਜਾਂਦੀ ਬਾਈ। ਜਦੋਂ ਸਾਰਟ ਵਾਲੇ ਨਾਲ ਫਿਰਦੇ ਹੋਣ ਖਾਕੀ ਵਰਦੀ ਸਿਕਿਉਰਿਟੀ ਹੋਵੇ, ਬੰਦਾ ਫਿਰ ਫੀਲਿੰਗ ਤਾਂ ਲੈਂਦਾ ਹੀ ਕਹਿੰਦਾ ਵੀ ਮੈਂ ਕੁਛ ਹੈਗਾ ਆਪਣੇ ਆਪ ਹੀ ਲੈਂਦਾ। ਹੁਣ ਸਾਡਾ ਚੱਲ ਮੇਰਾ ਹਲਕਾ ਵੀਰੇ Fleetwood ਹੀ ਪੈਂਦਾ, ਹਨਾ ਜੀ ਵੀਰੇ, ਤੇ ਜਦੋਂ ਸਰਜੀਤ ਸਿੰਘ ਖਾਲਸਾ ਜੀ ਖੜੇ ਵੀ ਨਹੀਂ ਸੀਗੇ ਤੇ ਸਾਡੇ ਪੂਰਾ ਹਲਕੇ ਦੇ ਵਿੱਚ ਸੀਗਾ, ਜਦੋਂ ਕਿਸੇ ਨੂੰ ਫੋਨ ਲਾ ਕੇ ਪੁੱਛਣਾ ਕਹਿਣਾ ਬਾਈ ਕਰਮਜੀਤ ਹੀ ਜਿੱਤੂਗਾ, ਜੀ ਜੀ, ਤੁਸੀਂ ਕਹਿ ਲਓ ਵੀ ਦਸਾਂ ਦਿਨਾਂ ਦੇ ਵਿੱਚ ਇਹਨਾਂ ਨੇ ਹਵਾਈ ਏਦਾਂ ਦੀ ਬਦਲੀ, ਹਨਾ, ਦਸਾਂ ਦਿਨਾਂ ਦੇ ਵਿੱਚ ਹੀ ਜੀ ਵੀਰੇ ਬਾਈ ਜਿੱਤੇ ਆ, ਸਹੀ ਹੋਏ। ਹੁਣ ਸਾਡੇ ਮੈਨੂੰ ਜਿਹੜਾ ਹਲਕਾ ਧਰਮਪੁਰ ਪੈਂਦਾ MLA ਵਾਲਾ, ਬਾਈ ਸਾਡੇ MLA ਜਿੱਤੇ ਆ ਉੱਥੇ ਢੋਸ, ਉਹਨੇ ਇੱਕੋ ਹੀ ਚੀਜ਼ ਕਹਿ ਕੇ ਜਿੱਤਿਆ ਵੀ ਸਾਡੇ ਪਿੰਡਾਂ ਦੇ ਵਿੱਚ ਉੱਧਰ ਵੀਰੇ ਨਸ਼ਾ ਬਹੁਤ ਆ, ਕਹਿੰਦਾ ਮੈਂ ਇੱਕ ਵਾਅਦਾ ਕਰਦਾ ਵੀ ਮੈਂ ਨਸ਼ਾ ਖਤਮ ਕਰੂੰਗਾ ਆਪਣੇ ਹਲਕੇ ਤੋਂ। ਉਹ ਬਾਈ 3 ਸਾਲ ਜਿੰਨਾ ਟਾਈਮ ਹੋ ਗਿਆ, 2 ਸਾਲ ਉਹਨੂੰ ਜਦੋਂ ਕਿਤੇ ਮਾੜਾ ਜਿਹਾ ਨਸ਼ੇ ਬਾਰੇ ਕੋਈ ਪੁੱਟ ਲੈਂਦਾ, ਉਹ ਪੁੱਟ ਕੇ ਭੱਜ ਲੈਂਦਾ। ਸਭ ਤੋਂ ਵੱਧ ਤਾਂ ਢੋਸ ਸਾਹਿਬ ਫੋਨ ਕਰਕੇ ਚਲਾਉਂਦੇ ਹੋਣਗੇ ਨਸ਼ੇ ਵਾਲੇ ਬੰਦੇ ਵੀ ਮੇਰਾ ਵਰਕਰਾ ਛੱਡ ਦੋ, ਕੋਈ ਗੱਲ ਨੀ। ਯਾਰ ਤੁਸੀਂ
ਗੱਲ ਤਾਂ ਕਰੋ, ਜੇ ਤੁਸੀਂ ਤੁਹਾਡੇ ਤੋਂ ਹੀ ਕੋਈ ਵਰਕ ਕਰ ਰਹੇ ਹੋ, ਤੁਹਾਨੂੰ ਕੋਈ ਸਵਾਲ ਕਰਦਾ ਹੈ ਨਾ, ਜਵਾਬ ਦੇਣਾ ਤੁਹਾਡਾ ਫਰਜ਼ ਬਣਦਾ। ਸਹੀ ਗੱਲ ਹੈ ਵੀਰ, ਤੁਸੀਂ ਸਾਡੇ ਜਿਤਾਏ ਹੋਏ ਹੋ, ਤੁਸੀਂ ਆਉਂਦੇ ਹੋ। ਉਹ ਇੰਨਾ ਹੋਇਆ ਕਿ ਉਹ ਪਿੰਡਾਂ ਦੇ ਵਿੱਚ ਆਉਣਾ ਛੱਡ ਗਏ, ਉਹ ਟੂਰਨਾਮੈਂਟਾਂ ਦੇ ਆਉਣਾ ਛੱਡ ਗਏ, ਦੇਖੋ ਉੱਥੇ ਲੋਕੀ ਮੈਨੂੰ ਸਵਾਲ ਕਰਨਗੇ, ਦੇਖ ਲਓ। ਨਾਲੇ ਵੀਰ ਕਈ ਵੀਰ ਕਹਿਣਗੇ ਜੀ ਤੁਸੀਂ ਬਾਹਰ ਬੈਠੇ ਬੋਲੀ ਜਾਂਦੇ ਹੋ, ਵੀਰ ਬਾਹਰ ਬੈਠ ਕੇ ਬੋਲਣ ਵਾਲਿਆਂ ਨੇ ਹੀ ਇਹ ਦੋਨੇ ਜਿਤਾਇਆ, ਤੇ ਪਹਿਲੇ 4 ਆਮ ਆਦਮੀ ਦੇ ਬੂਟੇ ਵੀ ਇਹਨਾਂ ਨੇ ਲਾਏ ਸੀਗੇ, ਤੇ ਪਲੱਸ ਆਮ ਆਦਮੀ ਨੂੰ ਲਿਆਉਣ ਵਾਲੇ ਵੀ ਬਾਹਰਲੇ ਸੀਗੇ, ਪੈਸੇ ਰਾਹੀਂ ਵੀ ਹਰ ਚੀਜ਼ ਨਾਲ ਹੈਲਪ ਕੀਤੀ ਆ ਬਾਹਰਲਿਆਂ ਨੇ, ਤਾਂ ਇਹਨਾਂ ਦੀ ਆਵਾਜ਼ ਬਣੀ ਆ। ਤੇ ਜਿਹੜੇ ਉੱਥੇ ਪੱਤਰਕਾਰ ਮਾੜੀ ਮੋਟੀ ਗੱਲ ਕਰਦੇ ਆ ਪੰਜਾਬ ਦੀ, ਉਹਨਾਂ ਨੂੰ ਬਾਹਰਲੇ ਹੀ ਪੈਸਾ ਪੂਸਾ ਭੇਜਦੇ ਆ ਤਾਂ ਉਹ ਗੱਲ ਕਰਦੇ ਆ। ਜੇ ਬਾਹਰਲੇ ਨਾ ਹੋਣ, ਆਪਾਂ ਨਾ ਹੋਈਏ, ਤਾਂ ਹੁਣ ਨੂੰ ਤਾਂ ਮੈਨੂੰ ਲੱਗਦਾ ਵੀ ਇਹ ਘਰੋਂ ਕੱਢ ਕੱਢ ਕੁੱਟਣ ਪੰਜਾਬ ਵਾਲਿਆਂ ਨੂੰ। ਜੋਤੀ ਬਾਈ, ਬਾਹਰਲੇ ਬਾਹਰਲੇ ਗੱਲ ਕੀ, ਓਨੀ ਗੱਲ ਪੰਜਾਬ ਚ ਬੈਠੇ ਲੋਕਾਂ ਨੂੰ ਨੀ ਪਤਾ ਹੋਣੀ ਜਿੰਨੀ ਬਾਹਰਲਿਆਂ ਨੂੰ ਪਤਾ ਲੱਗਦੀ ਆ, ਕਿਉਂਕਿ ਆਪਾਂ ਪਲ ਪਲ ਦੀ ਖਬਰ ਦੇਖਦੇ। ਅੱਛਾ ਯਾਰ, ਆਪਣੇ ਪਿੰਡਾ ਹੋ ਗਿਆ, ਹਲਕੇ ਜਾ ਹੋ ਗਿਆ, ਆਪਣਾ ਤਾਂ ਹਾਲ ਆ। ਜਿਵੇਂ ਪੇਕਿਆਂ ਦੇ ਬਾਰੇ ਜਦ ਸਦਾ ਹੀ ਧੀ ਸੋਚ ਜਾਂਦੀ, ਆਪਾਂ ਤਾਂ ਸੋਚ ਹੀ ਜਾਣਾ ਵਾ ਆਪਣੇ ਤਾਂ ਹਿੱਸੇ, ਨਾਲੇ ਤਾਂ ਗਾਲਾਂ ਕੱਢੀਆਂ ਅਗਲੇ ਨੇ ਆਪਾਂ ਨੂੰ ਵੀ ਇਹ ਆਪਦਾ ਜਾ ਕੇ ਘਰ ਵਸਾਵੇ, ਉਹਨਾਂ ਨੂੰ ਵਿਆਹ ਤਾਂ, ਇਹਨੂੰ ਉੱਥੇ ਤੋਰਤਾ, ਉੱਥੇ ਜਾ ਕੇ ਆਪਦਾ ਦੇਖਿਆ। ਆਪਾਂ ਨੂੰ ਵੀ ਇਹੀ ਕਹਿੰਦੇ ਆ, ਕਰੋਨਾ ਆਇਆ ਸੀ, ਕਿੰਨੀ ਬੇਇੱਜ਼ਤੀ ਕੀਤੀ ਆਪਣੀ, ਜਿਵੇਂ ਕਰੋਨਾ ਸਾਡੇ ਮੋਢਿਆਂ 'ਤੇ ਬੈਠਾ ਹੁੰਦਾ, ਪਰ ਫਿਰ ਵੀ ਅਸੀਂ ਪੰਜਾਬ ਨੂੰ ਪਿਆਰ ਕਰਨਾ ਤਾਂ ਨਹੀਂ ਛੱਡਦਾ। ਉਹ ਗੱਲ ਤਾਂ ਕਹਿੰਦੇ ਵੀ ਨੀ, ਬਾਕੀ ਬਾਈ ਰਹੀ ਗੱਲ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਚੱਲ ਇਹਨਾਂ ਨੂੰ ਦੋਵਾਂ ਨੂੰ, ਮੈਂ ਤਾਂ ਕਹਿੰਦਾ ਵੀ ਦੋਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਜੇ ਮਿਲਣਗੇ ਆਪਦੇ ਆਪਦੇ ਵਿਚਾਰ ਇੱਕ ਦੂਜੇ ਨਾਲ ਰੱਖਣਗੇ, ਹੋ ਸਕਦਾ ਦੋਵਾਂ ਦੇ ਕੋਈ ਵਿਚਾਰ ਕੋਈ ਸੋਚ ਇੰਨੀ ਵਧੀਆ ਬਣ ਜਾਏ ਕਿ ਆਪਣੇ ਪੰਜਾਬ ਲਈ ਗੁੱਟ ਵਧੀਆ ਹੋ ਜਾਏ ਨਾ। ਹੁਣ ਵੀਰ ਇੱਕ ਚੀਜ਼ ਦੇਖੋ, ਆਪਾਂ ਇੱਕ ਵੀਰ ਮੈਂ ਤੁਹਾਡੀ ਗੱਲ 'ਚ ਐਡ ਕਰਦਾ, ਸੋਰੀ। ਹੁਣ ਮੰਨ ਲਓ ਵੀ ਸਰਬੀ ਸਿੰਘ ਮਾਲਵੇ ਜਿੱਤੇ ਆ, ਉਹਨਾਂ ਨੂੰ ਮਾਲਵਾ ਸਾਂਭਣ ਦੋ, ਅੰਮ੍ਰਿਤਪਾਲ ਮਾਝਾ ਸਾਂਭਣ, ਤਾਂ ਗੱਲ ਬਣੀ ਹੋ। ਜੇ ਹੁਣ ਅੰਮ੍ਰਿਤਪਾਲ ਨੂੰ ਤੀਜੇ ਦਿਨ ਮਾਲਵੇ ਤੁਰੇ ਰਹਿਣਗੇ, ਤਾਂ ਬਾਈ ਟਸ਼ਨ ਤਾਂ ਹੋਣਾ ਹੀ ਆ, ਫਿਰ ਉਹਨੂੰ ਫੀਲ ਹੋਣਾ ਵੀ ਤੁਸੀਂ ਮੈਂ ਇਸ ਹਲਕੇ 'ਚਾਂ, ਤੂੰ ਬਾਹਰੋਂ ਕਿਉਂ ਆਇਆ, ਵੀ ਅਗਲੇ ਨੂੰ ਹੋਣਾ ਹੀ ਜੇ ਉਹਨਾਂ ਦੇ ਘਰਦੇ ਆਉਣਗੇ ਮਾਲਵੇ 'ਚ। ਨਹੀਂ ਉਹ ਗੱਲ ਤਾਂ ਬਾਈ ਮੈਂ ਮੰਨਦਾ ਤੁਹਾਡੀ ਗੱਲ, ਐਗਰੀ ਆ। ਬਟ ਬਾਈ ਜੋਤੀ ਬਾਈ, ਮੰਨ ਲਓ ਇੱਕ ਤੂੰ ਤੁਸੀਂ ਕੋਈ ਲੀਡਰ ਹੋ ਨਾ, ਮੈਂ ਕਿਤੋਂ ਹੋਰ ਦਿੱਤਾ, ਤੁਸੀਂ ਕਿਤੋਂ ਹੋਰ ਦਿੱਤਿਆ, ਜੇ ਆਪਾਂ ਮਿਲਾਂਗੇ ਹੀ ਨਹੀਂ, ਆਪਾਂ ਆਪਸ ਦੇ ਵਿੱਚ ਮਿਲ ਕੇ ਕੋਈ ਗੱਲਬਾਤ ਹੀ ਨਾ ਕਰਾਂਗੇ, ਹੈ ਨਾ, ਫਿਰ ਆਪਣੀ ਗੱਲ ਦਾ ਕੋਈ ਹੱਲ ਵੀ ਨਹੀਂ ਹੋਣਾ। ਤੁਸੀਂ ਇੱਥੇ ਬੈਠੇ ਹੋ, ਮੈਂ ਇੱਥੇ ਬੈਠਾ, ਨਾ ਮੈਂ ਕਹਿੰਦਾ ਮਿਲਣਾ ਚਾਹੀਦਾ, ਮਿਲ ਕੇ ਹਾਂ ਮਿਲ ਕੇ ਕੋਈ ਵਧੀਆ ਤੁਸੀਂ ਸੋਚ ਕਰੋ, ਪੰਜਾਬ ਦੇ ਲਈ ਕੁਛ ਵਧੀਆ ਕਰੋ, ਉਹ ਚੀਜ਼ ਆ। ਹੁਣ ਇਹ ਨਹੀਂ ਵੀ ਤੁਸੀਂ ਮਿਲ ਗਈ ਕਿ ਵੀ ਗਏ ਹਫ਼ਤੇ ਹਫ਼ਤੇ ਬਾਅਦ, ਤੇ ਉਦੋਂ ਬਾਅਦ ਫਿਰ ਆਪਦੇ ਘਰਾਂ 'ਚ ਬਹਿ ਕੇ ਕੁਛ ਕਰਨਾ ਹੈ ਨਹੀਂ, ਉਹ ਗੱਲ ਗੱਲ ਦਾ। ਤੇ ਵੀਰ ਜਿਵੇਂ ਤੁਹਾਨੂੰ ਲੱਗਦਾ ਨੀ, ਜਿਹੜੇ ਪੁਰਾਣੇ ਬੰਦੀ ਸਿੰਘ ਆ ਤੁਸੀਂ ਉਸ ਹਲਕੇ ਤੋਂ ਮਾਲਵੇ ਤੋਂ, ਭਾਈ ਰਾਜੋਆਣਾ ਦੀ ਕਿੰਨੀ ਵੱਡੀ ਦੇਣ ਆ, ਕਿ ਉਹਨਾਂ ਦੀ ਭੈਣ ਕਮਲਦੀਪ ਕੌਰ ਜਾਂ ਭਾਈ ਹਵਾਰਾ ਜੀ ਆ ਉਹਨਾਂ ਦੇ ਪਿਤਾ ਜੀ, ਕਿ ਇਹਨਾਂ ਨੂੰ ਮੌਕਾ ਨਹੀਂ ਮਿਲਣਾ ਚਾਹੀਦਾ, ਕਿ ਇਹਨਾਂ ਨੂੰ ਲੋਕ ਕਿਉਂ ਇਹਨਾਂ ਨੂੰ ਮਾੜਾ ਸਮਝਦੇ, ਜਦਕਿ ਇਹਨਾਂ ਦੀ ਤਾਂ ਦੇਣ ਆ ਬਾਈ ਚਾਹੀਦਾ। ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਹੜੇ ਆਪਣੇ ਪੰਜਾਬ ਦੇ ਲੋਕ ਆ ਨਾ ਬਾਈ, ਸੋਰੀ ਟੂ ਸੇ, ਇਹ ਨਾ ਇੱਕ ਚਿਹਰੇ ਮਗਰ ਭੱਜ ਲੈਂਦੇ ਆ, ਇੱਕ ਪਾਰਟੀ ਮਗਰ ਭੱਜ ਲੈਂਦੇ ਆ, ਹਨਾ ਜੇ ਜਿਵੇਂ ਐਤਕੀ ਇਹਨਾਂ ਨੂੰ ਖੜੇ ਆ ਨਾ, ਐਤਕੀ ਮੈਂ ਤਾਂ ਪਹਿਲੀ ਵਾਰੀ ਦੇਖਿਆ ਵੀ ਐਤਕੀ ਟਿਕ ਟੋਕ ਕੇ ਖੜੇ ਆ ਸਰਬਜੀਤ ਸਿੰਘ ਲਈ, ਅੰਮ੍ਰਿਤਪਾਲ ਲਈ। ਜੇ ਹੁਣ ਅੱਗੇ ਤੋਂ ਕੋਈ ਆਪਣੇ ਬੰਦੀ ਸਿੰਘਾਂ ਦੇ ਕੋਈ ਘਰ ਦਾ ਖੜਦਾ, ਕੋਈ ਚਿਹਰਾ ਖੜਦਾ, ਇਹਨਾਂ ਨੂੰ ਏਦਾਂ ਹੀ ਖੜਨਾ ਚਾਹੀਦਾ, ਤਾਂ ਖੜਨਗੇ ਜੇ ਐਤਵਾਰ ਮੀਡੀਆ ਵਾ ਉਹਨਾਂ ਨੇ ਇਹ ਖਬਰ ਦੇਖ ਲਓ, ਜਿੱਦਣ ਸਰੋਪਾ ਲੈ ਲਿਆ ਭਾਈ ਸਰਬੀ ਸਿੰਘ ਤੇ ਅੰਮ੍ਰਿਤਪਾਲ ਦੇ ਪਿਤਾ ਜੀ ਨੇ, ਆਮ ਆਦਮੀ ਦੀ ਪਾਰਟੀ ਦੇ ਮੀਡੀਏ ਨੇ ਇਹ ਖਬਰ ਨੂੰ ਚਲਾ ਚਲਾ ਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾਣੀ ਆ ਵੀ ਆਹ ਲੈ ਲਓ ਸਵਾਦ। ਹੁਣ ਬਾਈ ਗੱਲ ਤਾਂ ਜਦੋਂ ਆਮ ਆਦਮੀ ਪਾਰਟੀ ਜਿੱਤੀ ਸੀ, ਆਪਾਂ ਸਾਰੇ ਇੱਕ ਗੱਲ ਕਹਿੰਦੇ ਸੀ ਕਿ ਬਾਈ ਜੇ ਤਾਂ ਇਹਨਾਂ ਨੇ ਕੁਛ ਕਰਤਾ, ਇਹ ਪੰਜਾਬ ਚੋਂ ਕਦੇ ਨੀ ਜਾਊਗੀ, ਹਨਾ। ਹੁਣ ਉਹਨਾਂ ਨੇ ਹੁਣ ਆਪਾਂ ਨੂੰ ਵੀ ਪਤਾ ਵੀ ਕੀ ਕੀਤਾ ਕੀ ਨਹੀਂ ਕੀਤਾ, ਹਨਾ, ਤੇ ਤਾਂ ਹੀ ਉਹ ਹੁਣ ਉਹ ਵੀ ਰੋਲਦੇ ਫਿਰਦੇ ਆ। ਮੈਂ ਉਹੀ ਗੱਲ ਕਹਿੰਦਾ ਕਿ ਉਹ ਗਾਣੇ ਜਿਹੜੇ ਬੰਦੀ ਸਿੰਘਾਂ ਦੇ ਕੋਈ ਪਰਿਵਾਰ ਮੈਂਬਰ ਜਾਂ ਕੋਈ ਖੜੂਗਾ, ਉਹ ਤਾਂ ਹੀ ਉਹਨਾਂ ਨੂੰ ਲੋਕ ਹੁੰਗਾਰਾ ਦੇਣਗੇ ਭਰਮਾ, ਕਿ ਜੇ ਇਹ ਕੁਛ ਕਰਨਗੇ, ਇਹ ਦੋ ਲੀਡਰਾਂ ਦੇ
ਆਪਣਾ ਇੱਕ ਕਹਿ ਲਓ ਕਿ ਜਿੰਨਾ ਵੀ ਇਹ ਚੀਜ਼ ਹੈ ਬਹੁਤ ਵੱਡੀ ਖੜੀ ਹੈ ਇਹਨਾਂ ਦੇ। ਕਿਉਂਕਿ ਵੀਰ ਆਪਣੇ ਭਗਵੰਤ ਮਾਨ ਹੁਣ ਪੰਜਾਬ ਲਈ ਕਰ ਸਕਦੇ ਆ, ਪਰ ਅਰਵਿੰਦ ਕੇਜਰੀਵਾਲ ਦਾ ਜਿਹੜਾ ਵਿੱਚ ਦਖਲ ਆ ਉਹ ਕਰਨ ਦਿੰਦਾ ਨੀ। ਉਹ ਤਾਂ ਬਾਈ ਜੀ ਹੁਣ ਉਹਨੂੰ ਤਾਂ ਇੱਕ ਕਹਿੰਦੇ ਕਿਤਾਬ ਦੇ ਕੇ ਕੇਜਰੀਵਾਲ ਸਾਹਿਬ ਨੂੰ ਤੇ ਬਿਠਾ ਦਿੱਤਾ ਤੇ ਉਹ ਕਹਿੰਦੇ ਜਦੋਂ ਤੇਰੀ ਕਿਤਾਬ ਇਹ ਪੂਰੀ ਹੋ ਗਈ ਸਾਹਿਬ ਦੱਸ ਦੇ ਤੈਨੂੰ ਨਵੀਂ ਦੂਜੀ ਭੇਜ ਦਾਂਗੇ। ਭਗਵੰਤ ਮਾਨ ਸਾਹਿਬ ਨਾਲ ਤਾਂ ਉਹਨਾਂ ਦੇ ਜਿਹੜੇ ਕੁਛ ਕੁ ਨੇੜੇ ਦੇ ਮੰਤਰੀ ਆ ਮੀਤਪਾਲ ਤੇ ਹਰਜੋਤ ਮੈਂਸ, ਉਹਨਾਂ ਦੀ ਬਾਅਦ ਚੱਲਦੀ ਪੰਜਾਬ ਚ ਉਹ ਤਾਂ ਚੱਲਦੀ ਚੱਲਦੀ ਹੈ ਜੀ, ਉਹ ਤਾਂ ਹੁਣ ਇਹ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ। ਫਿਰ ਪਚਕਾਰੀ ਗਏਗਾ ਉਹਨਾਂ ਨੇ ਮੋਹਾਲੀ ਦੇ ਵਿੱਚ, ਕਹਿੰਦੇ ਜਿੰਨਾ ਸਰਕਾਰੀ ਕੋਠੀਆਂ ਨੇ ਕੰਧਾਂ ਤੇ ਪਚਕਾਰੀਆਂ ਮਾਰ ਮਾਰ ਕੇ ਲਾਲ ਕੀਤੀਆਂ ਪਈਆਂ ਨੇ। ਭਾਈ ਤੁਸੀਂ ਦੇਖੋ ਸਭ ਤੋਂ ਪਹਿਲਾਂ ਭਗਵੰਤ ਮਾਨ ਕੀ ਹੁੰਦਾ, ਮੈਂ ਕੱਲਾ ਤੁਰਿਆ ਫਿਰਦਾ ਜੀ, ਮੈਨੂੰ ਜਿੱਥੇ ਮਰਜ਼ੀ ਪੜ੍ਹ ਦੋ। ਹੁਣ ਕਦੇ ਵੀ ਤੁਸੀਂ ਵੀਡੀਓ ਦੇਖ ਲਓ ਉਹਨਾਂ ਦੀ ਵਾਈਫ ਦੀ, ਦੇਖ ਲਓ ਉਹਨਾਂ ਦੇ ਮਾਤਾ ਸਾਹਿਬ ਦੀ, ਮਾਤਾ ਦੀ ਦੇਖ ਲਓ, ਹੈਨਾ ਕਿੰਨਾ ਕਿੰਨਾ ਕੁਛ ਤੁਹਾਡਾ ਕਾਮਯਾਬ ਬਾਉਂਦਾ, ਤੁਹਾਡਾ ਸਾਰਾ ਕੁਛ ਹੁੰਦਾ, ਕੱਲ ਤਾਂ ਆਮ ਬੰਦੇ ਦਾ ਕੰਮ। ਚੰਗੇ ਬੰਦੇ ਦਾ ਉਹਨਾਂ ਭਾਰ ਨੀ ਹੁੰਦਾ ਜਿੰਨਾ ਸੋਨਾ ਪਾਇਆ ਹੁੰਦਾ ਉਹਨਾਂ ਦੇ। ਗੱਲ ਤੁਹਾਡੀ ਸਹੀ ਹੈ ਬਾਈ, ਪਤਾ ਨੀ ਸੋਨਾ ਆਉਂਦਾ ਕਿੱਥੋਂ ਆਏ। ਲੋਕ ਕਹਿੰਦੇ ਕੋਈ ਗੱਲ ਨੀ ਵੀ ਤਾਂ ਪਾ ਸਕਦੇ ਰਾਜ ਮਾਤਾ ਨੇ। ਅਕਾਲ ਦਿਖਾਤੀ ਉਹਨਾਂ ਨੂੰ ਭਾਜੀ ਸਿੰਘ, ਬਿਲਕੁਲ ਸਹੀ ਗੱਲ ਆ। ਜਿਸ ਟਾਈਮ ਇਹ ਪਾਰਟੀ ਆਈ ਸੀ ਸਾਰਿਆਂ ਨੂੰ ਲੱਗਦਾ ਸੀ ਕਿ ਯਾਰ ਹੁਣ ਸ਼ਾਇਦ ਕੁਛ ਪੰਜਾਬ ਦਾ ਬਣ ਗਿਆ, ਕੁਛ ਵਧੀਆ ਹੋਊਗਾ, ਪਰ ਨਹੀਂ ਭਾਜੀ, ਹਜੇ ਖੁਦੋਂ ਵੀ ਮਾੜਾ ਹਾਲ ਹੋ ਗਿਆ ਜੀ। ਵੀਰ ਧੰਨਵਾਦ ਵੀਰ, ਥੈਂਕ ਯੂ ਸੋ ਮਚ ਜੀ। ਸੋ ਥੈਂਕ ਯੂ ਜੀ। ਸੋ ਚੱਲਦੇ ਆ ਵੀਰ ਗੁਰਮੁਖ ਹੋਣਾ ਕੋਲ ਖਬਰਾਂ ਤੇ ਝਾਤ ਮਾਰਦੇ ਆ, ਫਿਰ ਉਸ ਤੋਂ ਬਾਅਦ ਅਗਲੀ ਕਾਲ ਤੇ ਚੱਲਦੇ ਆ। ਜੀ ਵੀਰ ਤੁਸੀਂ ਆਉਣ, ਸਤਿ ਸ੍ਰੀ ਅਕਾਲ। ਮਾਨ ਸਾਹਿਬ ਤੁਹਾਨੂੰ ਤੇ ਫਤਿਹ ਮੀਡੀਆ 5 ਦੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸੋ ਵੀਰ, ਜਿਵੇਂ ਅੱਜ ਦਾ ਵਿਸ਼ਾ ਚੱਲ ਰਿਹਾ ਸੀ, ਇੱਕ ਇਤਰਾਜ਼ ਆਇਆ ਵੀ ਭਾਈ ਮੈਂ ਤੁਹਾਨੂੰ ਵੀ ਪੋਸਟਰ ਭੇਜਦਾ, ਦੇਖਿਓ ਤੁਸੀਂ ਕਿ ਭਾਈ ਸਰਬੀ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੂੰ ਜਿਹੜੇ ਬੀਬੀ ਜਗੀਰ ਕੌਰ ਉਹਨਾਂ ਦਾ ਅਕਾਲੀ ਦਲ ਆ, ਉਹਨਾਂ ਤੋਂ ਜਾ ਕੇ ਸਨਮਾਨ ਲੈਣਾ ਚਾਹੀਦਾ ਜਾਂ ਨਹੀਂ ਜੀ? ਐਕਚੁਅਲੀ ਬਹੁਤ ਸਾਰੀਆਂ ਖਬਰਾਂ ਇਹ ਆ ਰਹੀਆਂ, ਭਾਈ ਸਰਬਜੀਤ ਸਿੰਘ ਖਾਲਸਾ ਨੇ ਖੁਦ ਵੀ ਬਹੁਤ ਸਾਰੀਆਂ ਸਪੀਚਾਂ 'ਚ ਕਿਹਾ ਕਿ ਉਹਨੂੰ ਕਈ ਅਕਾਲੀਆਂ ਦੇ ਫੋਨ ਆ ਰਹੇ ਲੀਡਰਾਂ ਦੇ, ਸੀਨੀਅਰ ਲੀਡਰਾਂ ਦੇ, ਕਿ ਅਕਾਲੀ ਦਲ ਨਵਾਂ ਖੜਾ ਕਰੋ, ਤੁਹਾਡੇ ਵੀ ਧਿਆਨ 'ਚ ਹੋਣੀਆਂ ਇਹ ਗੱਲਾਂ। ਤੇ ਉਹਨਾਂ ਨੇ ਸਟੇਜ ਤੋਂ ਇਹ ਗੱਲਾਂ ਕਹੀਆਂ ਕਿ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਮੈਨੂੰ ਕਹਿ ਰਹੇ ਕਿ ਤੁਸੀਂ ਪਹਿਲਕਦਮੀ ਕਰੋ, ਅੱਗੇ ਲੱਗੋ, ਤੇ ਇੱਕ ਤੁਸੀਂ ਅਕਾਲੀ ਦਲ ਨਵਾਂ ਬਣਾਓ, ਪਾਰਟੀ ਨਵੀਂ ਬਣਾਓ ਕਹਿ ਸਕਦੇ ਆਪਾਂ। ਉੱਥੋਂ ਇਹ ਲੱਗਦਾ ਹੈਗਾ ਮਾਨ ਸਾਹਿਬ ਕਿ ਬਹੁਤ ਲੰਮੇ ਸਮੇਂ ਤੋਂ ਜਿਹੜੇ ਕੁਛ ਧੜੇ ਅਕਾਲੀ ਦਲ 'ਚ ਨਵੇਂ ਉੱਠੇ ਆ ਜਾਂ ਕੁਛ ਧਿਰਾਂ ਏਦਾਂ ਦੀਆਂ ਹੈਗੀਆਂ, ਉਹ ਫੇਸ ਨੂੰ ਵਰਤਣਾ ਚਾਹੁੰਦੀਆਂ, ਕੋਈ ਏਦਾਂ ਦਾ ਫੇਸ ਹੋਵੇ ਜਿਹੜਾ ਕੌਮ ਦੇ ਵਿੱਚ ਜਿਹਨਾਂ ਦੀ ਬੜੀ ਵੱਡੀ ਮਾਨਤਾ ਹੋਵੇ। ਮੇਰੀ ਗੱਲ ਇਹ ਉਹ ਸਨਮਾਨ ਕਰ ਰਹੇ ਆ ਵੀ ਜਿਹੜੇ ਬੀਬੀ ਜਗੀਰ ਕੌਰ ਢੀਂਡਸਾ ਚੰਦੂ ਮਾਜਰਾ ਧੜੇ ਦੇ ਨੇ, ਜਿਹੜੇ ਕਹਿੰਦੇ ਵੀ ਇਹ ਧੜਾ ਬਣਾਓ ਨਵਾਂ, ਜਦਕਿ ਇਹ ਧੜੇ ਨੇ ਵੋਟਾਂ ਜਿਹੜੀਆਂ ਲੰਘ ਕੇ ਗਈਆਂ ਨੇ, ਉਦੋਂ ਲੜੀ ਚੋਣ ਭਾਜਪਾ ਦੀ ਰਹਿਨੁਮਾਈ ਹੇਠ ਲੜੀ ਆ। ਸੋ ਫਿਰ ਜੇ ਨਵਾਂ ਅਕਾਲੀ ਦਲ ਬਣਾਉਣਾ ਤਾਂ ਆਮ ਲੋਕਾਂ ਦੇ ਵਿੱਚ ਜਾ ਕੇ ਬਣਾਉਣਾ ਚਾਹੀਦਾ, ਜੇ ਆਮ ਆਦਮੀ ਵਾਂਗੂ ਇਹਨਾਂ ਨੇ ਵੀ ਉਹੀ ਮੂਰਤਾਂ ਲੈ ਲਈਆਂ ਤਾਂ ਮੈਨੂੰ ਲੱਗਦਾ ਫਿਰ ਤਾਂ ਇਕੱਲਾ ਬੰਦਾ ਇੰਨੇ ਵਿੱਚ 92 'ਚ ਕੀ ਕਰ ਸਕਦਾ ਜੀ। ਮੈਂ ਇਸ ਪਾਸੇ ਆ ਰਿਹਾ, ਮੇਰੇ ਕਹਿਣ ਤੋਂ ਭਾਵ ਹੈ ਕਿ ਜਿਹੜੇ ਮੈਂ ਇੱਕ ਦਿਨ ਆਪਾਂ ਪਹਿਲਾਂ ਵੀ ਜਦੋਂ ਅਕਾਲੀ ਦਲ ਦੇ ਧੜਿਆਂ ਦੇ ਗੱਲ ਕੀਤੀ ਸੀ, ਮੈਂ ਕਿਹਾ ਸੀਗਾ ਕਿ ਜਿਹੜੇ ਡੀਫੇਮ ਹੋਏ ਚਿਹਰੇ ਆ, ਚਾਹੇ ਉਹ ਵੱਖਰੇ ਹੋ ਕੇ ਗੱਲ ਕਰਨ, ਚਾਹੇ ਜਿਹੜੇ ਮਰਜ਼ੀ ਪਲੇਟਫਾਰਮ ਦੇ ਕਰਨ, ਲੋਕਾਂ ਨੇ ਇੱਦਾਂ ਪ੍ਰਵਾਨ ਨਹੀਂ ਕਰਨਾ, ਜਿੱਦਾਂ ਮਰਜ਼ੀ ਹੋਵੇ। ਪਹਿਲਾਂ ਬ੍ਰਹਮਪੁਰਾ ਸਾਹਿਬ ਤੇ ਸੇਖਵਾਂ ਸਾਹਿਬ ਤੇ 3 ਚਿਹਰੇ ਪਹਿਲਾਂ ਜ਼ੋਰ ਲਾ ਚੁੱਕੇ ਆ ਜੀ, ਠੀਕ ਹੈ। ਉਹਦਾ ਕਾਰਨ ਇਹ ਸੀ, ਵੱਡਾ ਸਵਾਲ ਹੁੰਦਾ ਸੀ ਜਦੋਂ ਖੁਦ ਤੁਸੀਂ ਸਰਕਾਰ ਸੀਗੀ, ਤੁਸੀਂ ਕੀ ਕੀਤਾ ਉਸ ਟਾਈਮ ਤੇ? ਤੇ ਇਹ ਮੇਰੇ ਆਪਣੇ ਵਿਸ਼ੇ ਤੇ ਰਹੀਏ, ਸਰਬਜੀਤ ਸਿੰਘ ਖਾਲਸਾ ਜਿਹੜੇ ਹੈਗੇ ਆ, ਇੱਕ ਨਾ ਰੋਡੇ ਪਿੰਡ ਦੇ ਵਿੱਚ ਜਿਹੜਾ ਸ਼ਹੀਦੀ ਸਮਾਗਮ ਹੋਇਆ ਵਾ, ਸੰਤ ਜਰਨੈਲ ਸਿੰਘ ਢਿੰਡਰਾਂ ਵਾਲਿਆਂ ਦੇ ਭਰਾਤਾ ਸੀ ਹਰਜੀਤ ਸਿੰਘ, ਹਾਂਜੀ, ਉੱਥੇ ਵੀ ਉਹਨਾਂ ਇੱਕ ਸਪੀਚ ਦਿੱਤੀ ਆ, ਉਹ ਵੀ ਕਾਫੀ ਸੁਣਨ ਵਾਲੀ ਆ ਜੀ। ਉਹਨਾਂ ਨੇ ਜਿਹੜਾ ਸਪੀਚਾਂ ਦਿੱਤੀ ਉਹਦੇ ਵਿੱਚ ਜਿਹੜੀ ਗੱਲਬਾਤ ਕੀਤੀ ਆ, ਮੈਨੂੰ ਕਾਫੀ ਹਾਈਪਰ ਲੱਗਦੇ ਆ ਜੀ ਆਪਣੀ ਗੱਲਬਾਤ ਦੇ ਵਿੱਚ। ਜਿੱਦਾਂ ਆਪਾਂ ਕਹਿ ਲਈਏ ਕਿ ਜਿੱਤ ਤੋਂ ਬਾਅਦ
ਐਕਸਾਈਟਮੈਂਟ ਹੁੰਦੀ ਹੈ ਇੱਕ ਬੰਦੇ ਦੇ ਵਿੱਚ, ਹੋਣੀ ਚਾਹੀਦੀ ਆ, ਪਰ ਓਵਰ ਐਕਸਾਈਟਮੈਂਟ ਆ ਉਹਨਾਂ ਦੀ ਗੱਲਾਂ ਦੇ ਵਿੱਚ. ਇਹੋ ਜਿਹੀ ਹਾਲਤਾਂ ਦੇ ਵਿੱਚ ਸਰਬਜੀਤ ਖਾਲਸਾ ਨੂੰ ਕੋਈ ਵੀ ਚੇਂਜ ਕਰ ਸਕਦਾ. ਉਹਨਾਂ ਨੂੰ ਆਪਣੇ ਪਿਤਾ ਦੀ ਜਿਹੜੀ ਸ਼ਹਾਦਤ ਹੈ, ਇਹ ਕੌਮ ਦੀ ਜਿਹੜੀ ਉਹਨਾਂ ਪ੍ਰਤੀ ਸਤਿਕਾਰ ਹੈ, ਸਤਿਕਾਰ ਹੈਗਾ, ਉਹਨੂੰ ਧਿਆਨ ਚ ਰੱਖਦਾ ਹੈ, ਬੜੇ ਧਿਆਨ ਨਾਲ ਚੱਲਣ ਦੀ ਲੋੜ ਹੈ. ਕੋਈ ਵੀ ਜਿਹੜੇ ਏਦਾਂ ਦੇ ਧੜੇ ਹੈਗੇ ਆ ਜਾਂ ਕਈ ਜਿਹੜੇ ਚੱਲ ਚੁੱਕੇ ਕਾਰਤੂਸ ਵੀ ਹੈਗੇ ਬਹੁਤ ਸਾਰੇ ਪੰਥਕ ਧੜਾਂ ਦੇ ਵਿੱਚ, ਜਿਹੜੇ ਜਿਨ੍ਹਾਂ ਦਾ ਆਧਾਰ ਜਿਹੜਾ ਵਾ ਅਸਲ ਚ ਹੈ ਨੀ ਆ, ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਸੈਂਟਰ ਨਾਲ ਰਲ ਕੇ ਚੱਲਣ ਦੀਆਂ ਹੈਗੀਆਂ. ਮਾਨ ਸਾਹਿਬ, ਇਹੋ ਜਿਹੇ ਲੋਕਾਂ ਕੋਲ ਬਚ ਕੇ ਚੱਲਣ ਦੀ ਲੋੜ ਹੈ. ਤੇ ਥੋੜਾ ਜਿਹਾ ਆਪਣੇ ਤੌਰ ਤੇ ਜਿੰਨਾ ਵਿਚਰਨਾ ਹਾਲੇ, ਅਜੇ ਜਾਤ ਤੌਰ ਤੇ ਇਹਨਾਂ ਨੂੰ ਵਿਚਰਨਾ ਚਾਹੀਦਾ, ਘੱਟੋ ਘੱਟ ਸਾਲ ਸੰਗਤਾਂ ਜਾਣਾ ਚਾਹੀਦਾ ਆ, ਆਪਣੇ ਹਲਕੇ ਦੇ ਕੰਮ ਕਰਾਉਣੇ ਚਾਹੀਦੇ ਆ. ਜਿਹੜੇ ਸ਼ਹੀਦੀ ਪਰਿਵਾਰ ਹੈਗੇ ਆ, ਜਿੱਦਾਂ ਦਲਜੀਤ ਸਿੰਘ ਬਿੱਟੂ ਜਾਂਦੇ ਆ, ਏਦਾਂ ਸ਼ਹੀਦਾਂ ਦੇ ਪਰਿਵਾਰਾਂ 'ਚ ਜਾ ਕੇ ਉਹਨਾਂ ਦੇ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਚਾਹੀਦਾ ਐਜ ਏ ਐਮ ਪੀ. ਤੇ ਜਿਹੜੇ ਉਹ ਮੁੱਦੇ ਤੇ ਜਿੱਤੇ ਹੈਗੇ ਆ, ਬੰਦੀ ਸਿੰਘਾਂ ਦੀ ਖਾਸ ਤੌਰ ਤੇ ਜਿਹੜੀ ਗੱਲਬਾਤ ਹੋਈ ਆ, ਉਹਨਾਂ ਨੇ ਕਰਦੇ ਰਹੇ ਆ, ਉਹ ਗੱਲ ਪਾਰਲੀਮੈਂਟ ਧੜੱਲੇ ਨਾਲ ਉਠਾਉਣੀ ਚਾਹੀਦੀ ਆ, ਕਿਉਂਕਿ ਜਿਹੜਾ ਕੌਮੀ ਬੰਦਾ ਆਵਾਜ਼ ਉਠਾਊਗਾ ਉਹਦਾ ਫਰਕ ਹੁੰਦਾ ਜੀ. ਠੀਕ ਹੈ, ਇਹਨਾਂ ਗੱਲਾਂ ਤੇ ਪਹਿਰੇਦਾਰੀ ਦੇਣੀ ਚਾਹੀਦੀ ਆ. ਪਾਰਟੀਆਂ ਬਣਾਉਣ ਦੀ ਜਲਦਬਾਜ਼ੀ ਕਰਕੇ ਮੈਨੂੰ ਲੱਗਦਾ ਫਿਰ ਉਹੀ ਕੰਮ ਹੋਊਗਾ ਜੀ ਜੋ ਪਹਿਲਾਂ ਹੁੰਦਾ ਹੋਇਆ ਧੜਿਆਂ ਦੇ ਵਿੱਚ. ਜੀ, ਕਿਉਂਕਿ ਇਸ ਚੀਜ਼ ਦਾ ਬਹੁਤ ਵਿਰੋਧ ਹੋ ਰਿਹਾ ਵਾ ਵੀ ਭਾਈ ਤੁਸੀਂ ਜੇ ਜਾਣਾ ਕਿਤੇ ਹੋਰ ਜਾਓ, ਤੁਸੀਂ ਉਹਨਾਂ ਕੋਲ ਜਾ ਰਹੇ ਹੋ ਜਿਨ੍ਹਾਂ ਨੇ ਪਤਾ ਹੀ ਹੈ ਕਿੱਦਾਂ ਘਰ ਬਣਾਇਆ, ਕਿੱਦਾਂ ਪੈਸਾ ਬਣਾਇਆ,